ਸੂਬੇ ਭਰ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ। ਤੁਹਾਨੂੰ ਨਾਭੇ ਦੀਆਂ ਤਸਵੀਰਾਂ ਸਾਡੇ ਨਾਭੇ ਦੀਆਂ ਤਸਵੀਰਾਂ ਨੇ, ਨਾਭੇ ਵਿੱਚ ਜੋ ਪੇਸ਼ੈਂਟ ਨੇ ਲਾਈਨ ਵਿੱਚ ਖੜ੍ਹੇ ਨੇ, ਕਿਉਂਕਿ ਇਹਨਾਂ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਵੀ ਅੱਜ ਹੜਤਾਲ ਆ। ਜੇ ਹੜਤਾਲ ਆ ਸਵੇਰ ਤੋਂ ਲੈ ਕੇ 11 ਵਜੇ ਤੱਕ ਹੜਤਾਲ ਆ, ਕਿਉਂਕਿ ਡਾਕਟਰਾਂ ਦੀਆਂ ਜੋ ਮੰਗਾਂ ਨੇ ਉਸ ਨੂੰ ਲੈ ਕੇ ਹੜਤਾਲ ਕੀਤੀ ਗਈ ਆ। ਡਾਕਟਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ। ਉਹਨਾਂ ਦਾ ਕਹਿਣਾ ਸੀ ਕਿ ਜੋ ਸਰਕਾਰ ਸਾਡੀਆਂ ਜੋ ਤੱਕਰ ਮੰਗਾਂ ਨਹੀਂ ਮੰਨਦੀ ਉਹ ਤੱਕਰ ਜਿਹੜਾ ਹੈਗਾ ਇਹ ਹੜਤਾਲ ਜਾਰੀ ਰਹੇਗੀ। ਅੱਜ ਭਾਵੇਂ ਕਿ ਅੱਜ 11 ਵਜੇ OPD ਸ਼ੁਰੂ ਹੋਏਗੀ, ਉਸ ਤੋਂ ਬਾਅਦ ਫਿਰ ਲਗਾਤਾਰ 3 ਦਿਨ ਫਿਰ ਸਟ੍ਰਾਈਕ ਰਹੇਗੀ। ਪਰ ਹੁਣ ਵੇਖਣਾ ਹੋਵੇਗਾ ਕਿ ਜੋ ਮਰੀਜ਼ਾਂ ਦੀ ਖੱਜਲ ਖਵਾਰੀ ਆ ਹੋਰ ਕਿੰਨੇ ਕੀ ਵਧੇਗੀ। ਮਰੀਜ਼ਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਬਿਲਕੁਲ ਵੀ ਨਹੀਂ ਸੀ ਪਤਾ, ਜਿਸ ਕਰਕੇ ਅਸੀਂ 25 ਤੋਂ ਲੈ ਕੇ 30 ਕਿਲੋਮੀਟਰ ਤੱਕ ਇੱਥੇ ਪਹੁੰਚੇ ਹਾਂ ਅਤੇ ਭੁੱਖਣ ਭਾਣੇ ਇੱਥੇ ਲਾਈਨ ਵਿੱਚ ਖੜ੍ਹਿਆ। ਇੱਥੇ ਆ ਕੇ ਪਤਾ ਲੱਗਿਆ ਵੀ ਹੜਤਾਲ ਆ। ਇੰਨੀ ਦੂਰੋਂ ਆ, ਤੁਹਾਨੂੰ ਪਤਾ ਸੀ ਵੀ ਅੱਜ ਹੜਤਾਲ ਆ? ਨਹੀਂ ਜੀ, ਬਿਲਕੁਲ ਨਹੀਂ। ਕੀ ਕਾਰਨ ਆ, ਕੀ ਪਤਾ ਲੱਗਿਆ ਗਾ? ਉਰੇ ਆ ਕੇ ਪਤਾ ਲੱਗਿਆ ਜੀ, ਇਹਨਾਂ ਨੇ ਆਪਣੇ ਹੁਣ ਲਾਈ ਆ ਲਿਸਟ, ਲਿਖ ਕੇ ਲਾਇਆ ਉਹਦੇ ਵਿੱਚ ਵੀ 11 ਵਜੇ ਤੱਕ ਡਾਕਟਰ ਹੜਤਾਲ 'ਤੇ ਨੇ। ਸਾਨੂੰ ਤਾਂ ਅੱਗੇ ਪਤਾ ਲੱਗਿਆ ਜੀ, ਹੁਣ 25-30 ਕਿਲੋਮੀਟਰ ਤਾਂ ਅਸੀਂ ਚੱਲ ਗਏ ਹਾਂ ਜੀ। ਖੱਜਲ ਖੁਆਰੀ ਤਾਂ ਹੈ ਜੀ, ਹੁਣ ਬੱਚੇ ਨੂੰ ਦਿਖਾਉਣ ਵਾਸਤੇ ਆਏ ਸੀਗੇ ਅਸੀਂ, ਆਪਣਾ ਕੰਮ ਛੱਡ ਗਏ। ਪ੍ਰੋਬਲਮ ਜੀ ਬੁਖਾਰ ਹੈਗਾ, ਇਹਨੂੰ ਕੱਲ੍ਹ ਦਾ ਬੁਖਾਰ ਹੋ ਰਿਹਾ ਹੈਗਾ। ਕੱਲ੍ਹ ਛੱਡੇ ਸੀਗਾ, ਕੱਲ੍ਹ ਅਸੀਂ ਕਿਸੇ ਹੋਰ ਪਾਸੇ ਦਿਖਾਇਆ ਡਾਕਟਰ ਨੂੰ ਮੈਡੀਕਲ 'ਤੇ, ਉਹਦੇ ਨਾਲ ਕੋਈ ਫਰਕ ਨਹੀਂ ਪਿਆ। ਦਵਾਈ ਉਦੋਂ ਲੱਗਦੀ ਹੈਗੀ ਬੱਚੇ ਨੂੰ, ਬੱਚੇ ਵਾਲੇ ਡਾਕਟਰ ਦੀ, ਇਸ ਕਰਕੇ ਦੁਬਾਰਾ ਹੁਣ ਮੈਂ ਆਪਣਾ ਕੰਮ ਛੱਡ ਕੇ ਜੀ ਉਰੇ ਆਇਆ। ਫਿਰ ਕੱਲ੍ਹ ਫੇਰ ਆ, ਪਰਸੋਂ ਫੇਰ ਆ, ਫਿਰ ਹੁਣ ਕੀ ਕਰੂੰ? ਨਹੀਂ ਫੇਰ ਨਹੀਂ ਆਊਂਗਾ ਜੀ, ਮੈਂ ਕਿਸੇ ਹੋਰ ਪਾਸੇ ਪ੍ਰਾਈਵੇਟ ਹੋਸਪਿਟਲ 'ਚ ਕਰਾਵਾਂਗਾ। ਜਿਵੇਂ ਹਰ ਗਰੀਬ ਜਿਹੜਾ ਹੈਗਾ ਬੰਦਾ ਇੱਥੇ ਸਰਕਾਰੀ 'ਚ ਆਉਂਦਾ, ਫਿਰ ਘੱਟ ਖਰਚਾ ਹੋਊਗਾ, ਸਿਰਫ ਪਰਚੀ ਪਰਚੀ ਦਾ ਖਰਚਾ ਹੈਗਾ। ਫਿਰ ਜਿਹੜੇ ਹੈਗੇ ਇੰਨੀ ਖੱਜਲ ਖੁਆਰੀ ਗਰੀਬ ਨੂੰ ਵੀ ਉਹਦੇ ਕੰਮ ਛੱਡ ਗਿਆ। ਉਹ ਤਾਂ ਕੰਮ ਦਾ ਜੀ, ਫਿਰ ਹੁਣ ਕੀ ਕਰੀਏ, ਉਹੀ 400-500 ਰੁਪਇਆ ਦਿਹਾੜੀ ਦਾ ਬਣਦਾ ਹੈਗਾ ਹੁਣ। ਉਹ ਜਾਂ ਇੱਧਰ ਦਿਹਾੜੀ ਵੀ ਛੱਡੀ ਹੈਗੀ ਹੁਣ ਆਪਦੀ, ਉੱਧਰਲੀ ਸਾਈਡ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਖਰਚਾ ਕਰਨਾ ਹੀ ਪਊਗਾ ਜੀ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਦੋਂ ਵੀ ਇੱਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਾ, ਖਬਰ ਲੱਗਣੀ ਚਾਹੀਦੀ ਇਹਦੀ ਪਹਿਲਾਂ, ਵੀ ਕੱਲ੍ਹ ਨੂੰ 11 ਵਜੇ ਤੱਕ ਹੋਸਪਿਟਲ ਬੰਦ ਹੈ ਜਾਂ ਹੜਤਾਲ 'ਤੇ ਆ, ਜੋ ਵੀ ਪ੍ਰੋਬਲਮ ਹੈ ਹੈ ਨਾ, ਉਹਦੇ ਬਾਰੇ ਪਤਾ ਹੋਣਾ ਚਾਹੀਦਾ। ਤੁਸੀਂ ਇਕੱਲੇ ਨਹੀਂ ਹੈਗੇ ਇੱਥੇ, ਬਹੁਤ ਜਿਹੜੇ? ਹਾਂਜੀ ਹਾਂ ਹਾਂਜੀ, ਕੀ ਕਹਿਣਾ ਚਾਹੁੰਦੇ? ਇਹੀ ਗੱਲ ਕਰਦੇ ਜੀ ਸਾਰੇ, ਹੁਣ ਜਿੰਨੇ ਵੀ ਪੇਸ਼ੈਂਟ ਆਏ ਨੇ ਸਾਰੇ, ਕੋਈ ਨਾ ਕਿਸੇ ਨੂੰ ਕੋਈ ਦਿੱਕਤ ਆ, ਕਿਸੇ ਨੂੰ ਕੋਈ ਦਿੱਕਤ ਹੈਗਾ, ਹੁਣ 3-3 ਘੰਟੇ ਇੱਥੇ ਲਾਈਨ ਦੇ ਵਿੱਚ ਖੜ੍ਹੇ ਰਹਾਂਗੇ। ਡਾਕਟਰ ਇਹ ਵੀ ਨਹੀਂ ਪਤਾ ਹੈਗਾ ਵੀ 3 ਘੰਟੇ ਤੋਂ ਬਾਅਦ ਖੁੱਲ੍ਹਣਗੇ ਜਾਂ ਨਹੀਂ ਖੁੱਲੂਗਾ, ਅਤੇ 3 ਘੰਟੇ ਤੋਂ ਬਾਅਦ ਹੁਣ ਜਿਹਨੂੰ ਜ਼ਿਆਦਾ ਪਰੇਸ਼ਾਨੀ ਹੈਗੀ ਉਹ ਤਾਂ ਬਹੁਤ ਔਖਾ ਹੋ ਜੂਗਾ ਜੀ। ਮੇਰਾ ਪੇਟ ਜਿਹਾ ਦਰਦ ਹੋਇਆ ਜੀ, ਮੈਂ ਤਾਂ ਆਇਆ ਸੀ। ਕੀ ਲੱਗਦਾ ਕੀ ਇੱਥੇ ਆ ਕੇ ਕੀ ਪਤਾ ਲੱਗਿਆ ਕਿਤੇ ਆਏ? ਉਹ ਅੱਜ ਕਹਿੰਦੇ ਜੀ ਹੜਤਾਲ ਹੈ ਡਾਕਟਰਾਂ ਦੀ 8 ਤੋਂ 11 ਤੱਕ, 11 ਵਜੇ ਤੋਂ ਬਾਅਦ ਫਿਰ ਦੇਖ ਲਾਂਗੇ ਜੀ। ਫਿਰ ਸਮੱਸਿਆ ਆ ਰਹੀ ਆ? ਨਹੀਂ ਮੇਰਾ ਪੇਟ ਦਰਦ ਹੋ ਰਿਹਾ, ਕੋਈ ਮੈਂ 11 ਵਜੇ ਤੋਂ ਬਾਅਦ ਦਿਖਾ ਦੂੰਗਾ ਜੀ ਆ ਕੇ, ਕੋਈ ਗੱਲ ਨਹੀਂ। ਫਿਰ ਜੇ ਜ਼ਿਆਦਾ ਹੋਣ ਲੱਗੇ ਫਿਰ ਤਾਂ ਪ੍ਰਾਈਵੇਟ? ਹਾਂ ਫਿਰ ਪ੍ਰਾਈਵੇਟ ਜਾਣਾ ਪਊਗਾ ਜੀ। ਹਾਂਜੀ ਹਾਂਜੀ, ਫਿਰ ਤਾਂ ਦਿੱਕਤ ਹੈਗੀ ਜੀ ਫਿਰ ਤਾਂ। ਕਿੰਨੀ ਖੱਜਲ ਖੁਆਰੀ ਇੱਥੇ, ਕਾਫੀ ਪੇਸ਼ੈਂਟ ਨੇ ਲਾਈਨਾਂ 'ਚ ਲੱਗੇ? ਹਾਂਜੀ ਲਾਈਨਾਂ ਲੱਗੇ, ਮੈਂ ਦੇਖ ਲਓ ਜੀ, ਦੇਖੋ ਤੂੰ ਪਿੱਛੇ ਦੇਖੋ ਜੀ, ਪੇਸ਼ੈਂਟ ਵਾਧੂ ਨੇ, ਖੱਜਲ ਖੁਆਰ ਹੋ ਰਹੇ ਨੇ। ਪਹਿਲਾਂ ਦੱਸਣਾ ਬਣਦਾ ਸੀਗਾ ਕਿ 2-3 ਦਿਨ ਪਹਿਲਾਂ ਦੱਸਿਆ ਜਾਵੇ? ਪਹਿਲਾਂ ਹਾਂ ਪਹਿਲਾਂ ਦੱਸ ਪਹਿਲਾਂ ਦੱਸਣਾ ਬਣਦਾ ਸੀ। ਤੁਸੀਂ ਕਿੰਨੇ ਕਿਲੋਮੀਟਰ ਤੋਂ ਆਏ ਸੀ? ਮੈਂ ਤਾਂ ਚਲੋ ਮੇਰੇ ਤਾਂ ਮੇਰਾ ਤਾਂ 5-10 ਮਿੰਟ ਦਾ ਹੀ ਘਰ ਹੈ, ਜਿਹੜੇ ਲੋਕ ਇੰਨੇ ਇੰਨੇ ਪਿੰਡਾਂ 'ਚੋਂ ਇੰਨੇ ਦੂਰੋਂ ਆਏ ਨੇ ਨਾ। ਓਕੇ, ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦਾ ਹੱਲ ਕੀਤਾ ਜਾਵੇ। ਲੋਕ ਜਿਹੜੇ ਖੱਜਲ ਖੁਆਰ ਹੋ ਰਹੇ ਨੇ, ਯਾਨੀ ਜੇ ਪ੍ਰਾਈਵੇਟ ਜਾਣਗੇ ਫਿਰ ਔਖਾ ਹੋ ਜੂਗਾ, ਕਈ ਲਵੇ ਪੈਸੇ ਹੈ ਨਹੀਂ ਇੰਨੇ, ਪ੍ਰਾਈਵੇਟ ਕਿਹੜਾ ਭਰੇਗੀ? ਹੜਤਾਲ ਆ ਨਾ ਜੀ ਸਾਨੂੰ ਨਹੀਂ। ਅਸੀਂ ਮਾਨਾ ਦਾ ਧੂਰੀ ਕੋਲ ਪਿੰਡ ਆ ਜੀ। ਕਿੰਨੇ ਕਿਲੋਮੀਟਰ? ਇੱਥੋਂ ਹੋਊਗਾ ਜੀ 20 ਕਿਲੋਮੀਟਰ। ਕੀ ਲੱਗਦਾ ਵੀ ਜਿਹੜਾ ਹੈ ਇੱਕਦਮ ਹੜਤਾਲ ਕਰਤੀ
ਪਰੇਸ਼ਾਨੀ ਤਾਂ ਹੈਗੀ। ਸਵੇਰ ਦੇ ਅਸੀਂ ਆਏ 7 ਵਜੇ ਘਰੋਂ ਚੱਲੇ ਤੇ 7:30-8 ਵਜੇ ਜੀ ਉਰੇ ਆ ਗਏ ਸਾਹਿਬ, ਕੋਈ ਨਹੀਂ ਸੀਗਾ ਅਸੀਂ ਪਹਿਲੇ, ਅਤੇ ਆਹ ਹੁਣ ਕਹਿੰਦੇ 11 ਵਜੇ ਵੀ ਪਰਚੀ ਕੱਟਣ। ਕਿਸ ਪਰਪਸ ਦੇ ਲਈ ਆਏ ਸੀ? ਹਾਂਜੀ ਕਾਹਦੇ ਵਾਸਤੇ ਆਏ ਸੀ? ਅਸੀਂ ਡਾਕਟਰ ਨੂੰ ਦਿਖਾਉਣਾ ਸੀ ਚੈੱਕਅਪ ਕਰਾਉਣਾ, ਘਰ ਵਾਲੀ ਦੇ ਜੀ ਵਾਈਫ ਆ ਮੇਰੀ। ਫਿਰ ਹੁਣ ਪ੍ਰਾਈਵੇਟ 'ਚ ਜਾਓਗੇ? ਹੁਣ ਦੇਖਦੇ ਜੀ, ਹਾਲੇ ਸਲਾਹ ਕਰਦੇ, ਹੁਣ ਆਇਆ ਹਾਲੇ ਸਵੇਰ ਦੇ ਆਇਆ ਜੀ, ਹਾਲੇ ਖੜ੍ਹੇ ਹਾਂ। ਤੁਹਾਨੂੰ ਵੀ ਖੱਜਲ ਖੁਆਰੀ ਹੋ ਰਹੀ? ਖੱਜਲ ਖੁਆਰੀ ਹੈ ਜੀ। ਹੋਰ ਹੁਣ ਕੀ ਮੰਗੋ ਜੀ? ਮੰਗਦੇ ਇਹੀ ਹੈ ਵੀ ਆਪਦਾ ਭਾਈ ਸਰਕਾਰੀ ਜਿਹੜੀ ਕਰਨ, ਮਾੜੀ ਮੋਟੀ ਦੇਖਣ, ਗੌਰ ਕਰਨ, ਗੌਰ ਕਰੋ ਪੂਰੀ ਆ ਉਹਦੇ 'ਚ, ਸਾਰੇ ਪਰੇਸ਼ਾਨ ਹੋ ਰਹੇ ਨੇ। ਠੀਕ ਹੈ, ਕਿੰਨੀ ਖੜ੍ਹੇ ਨੇ ਭੈਣ ਭਾਈ ਸਾਰੇ? ਤੁਸੀਂ ਵੀ ਖੜ੍ਹੇ ਹੋ ਇੱਧਰ? ਕਿੰਨੇ ਕੁ ਬੰਦੇ? ਸਾਰੇ ਬਹੁਤ ਖੜ੍ਹੇ ਨੇ, ਉਹ ਬੰਦਾ ਹੋਊਗਾ ਖੜ੍ਹੇ। ਪਤਾ ਤੁਸੀਂ ਹੜਤਾਲ ਅਸੀਂ ਸੋਮਵਾਰ ਨੂੰ ਆਏ ਸੀ, ਉਹਨਾਂ ਨੇ ਅੱਜ ਬਲੱਡ ਚਾੜਨਾ ਸੀ। ਬੱਚਾ ਹੋਣ ਵਾਲਾ ਜੀ, ਬਲੱਡ ਘੱਟ ਹੈ। ਹਾਂ, ਮੈਮ ਨੇ ਅੱਜ ਦਾ ਟਾਈਮ ਦਿੱਤਾ ਜੀ 8 ਵਜੇ ਦਾ। ਅਤੇ ਫਿਰ ਹੁਣ 3 ਦਿਨ ਵਾਸਤੇ ਜਿਹੜਾ ਹੈਗਾ ਸਟ੍ਰਾਈਕ ਆ, 11 ਵਜੇ ਤੋਂ ਬਾਅਦ ਹੀ ਦੇਖਣਗੇ, ਕੀ ਲੱਗਦਾ ਫਿਰ ਹੁਣ? ਸਾਨੂੰ ਤਾਂ ਇਹ ਗੱਲ ਦਾ ਪਤਾ ਹੀ ਨਹੀਂ, ਪਤਾ ਨਹੀਂ। ਕਿੰਨੇ ਕਿਲੋਮੀਟਰ ਤੋਂ ਆਏ? ਅਸੀਂ ਅਮਲੋਹ ਤੋਂ ਆਏ। 25-30 ਕਿਲੋਮੀਟਰ ਪੈ ਜਾਂਦੇ ਹਨ, 30-35 ਕਿਲੋਮੀਟਰ। ਖੱਜਲ ਖੁਆਰੀ ਤਾਂ ਕਾਫੀ ਆ? ਹਾਂਜੀ ਹਾਂ, ਆਉਣਾ ਜਾਣਾ ਬਹੁਤ ਔਖਾ ਹੀ ਸਾਨੂੰ। ਆਪਣਾ ਕੰਮ ਕਾਰ ਛੱਡ ਕੇ ਵੀ ਆਏ? ਹਾਂਜੀ ਹਾਂ। ਹੁਣ ਕੀ ਮੰਗ ਕਰਦੇ? ਮੰਗੀ ਹੁਣ ਦੇਖੋ ਕੀ ਬਣਦੀ, ਸਾਨੂੰ ਤਾਂ ਇਹ ਗੱਲ ਦੇ ਨਹੀਂ, ਪਹਿਲੀ ਤਾਂ ਗੱਲ ਹੈ ਇਹ ਪਤਾ ਹੈਗਾ ਜੀ, ਜੇ ਤਾਂ ਪਤਾ ਹੁੰਦਾ ਫਿਰ ਤਾਂ ਚਲੋ ਉਹ ਵੀ ਕਰ ਲਓ। ਤੁਸੀਂ ਕਿਸ ਪਰਪਸ ਵਾਸਤੇ ਇੱਥੇ ਆਏ ਸੀ ਦਿਖਾਉਣ ਦਾ? ਮੈਂ ਅਲਟਰਾਸਾਊਂਡ ਕਰਾਉਣੀ ਹੈ ਪੇਟ ਦੇ। ਫਿਰ ਤੁਸੀਂ ਖਾਲੀ ਪੇਟ ਆਏ ਹੋ? ਹਾਂ ਜੀ। 11 ਵਜੇ ਫਿਰ ਤੁਸੀਂ 3 ਘੰਟੇ ਫਿਰ ਕੀ ਕਰੋਗੇ? ਹੁਣ ਦੇਖੋ, ਸਾਨੂੰ ਤਾਂ ਉਦੋਂ 8 ਵਜੇ ਦਾ ਟਾਈਮ ਦਿੱਤਾ ਸੀ ਉਹਦੇ। ਹਾਂ, ਤੁਸੀਂ ਤਾਂ ਹੁਣ ਖਾਲੀ ਪੇਟ ਆਏ ਹੋ, ਹੁਣ ਫਿਰ ਦੁਬਾਰੇ ਤੁਸੀਂ ਘਰੇ ਜਾਓਗੇ? ਦੇਖੋ ਹੁਣ 3 ਘੰਟੇ ਤਾਂ ਹੋਰ, ਇੰਨਾ ਟਾਈਮ ਤਾਂ ਬੈਠਣਾ ਵੀ ਔਖਾ ਹੈ। ਕੀ ਲੱਗਦਾ ਤੁਹਾਨੂੰ? ਇੱਥੋਂ ਚੌਧਰੀ ਮਾਜਰੇ ਤੋਂ ਆਇਆ ਜੀ। 2 ਕਿਲੋਮੀਟਰ ਤੋਂ ਤਾਂ ਆਏ? ਹਾਂ। ਫਿਰ ਦੁਬਾਰੇ ਜਾਓਗੇ ਘਰੇ? ਜਾਓ, ਦੇਖੋ ਬੈਠਣਾ ਪਊਗਾ ਐਡੀ ਦੂਰ, ਫਿਰ ਵਾਰ-ਵਾਰ ਆਉਣਾ ਜਾਣਾ ਔਖਾ ਹੈ। ਹਾਂ ਜੀ। ਹੋਰ ਫਿਲਹਾਲ ਅੱਜ ਤੋਂ 11 ਤਰੀਕ ਤੱਕ 8 ਤੋਂ 11 ਸਾਡੀ OPD ਸੇਵਾਵਾਂ ਬੰਦ ਰਹਿਣਗੀਆਂ, ਇਲੈਕਟਿਵ ਸਰਜਰੀਜ਼ ਬੰਦ ਰਹਿਣਗੀਆਂ, ਅਤੇ 11 ਤਰੀਕ ਤੋਂ ਬਾਅਦ ਦੁਬਾਰਾ ਡਿਸਾਈਡ ਹੋਏਗਾ ਐਸੋਸੀਏਸ਼ਨ ਵੱਲੋਂ ਵੀ ਅੱਗੇ ਕੀ ਸਟੈਪ ਚੱਲਣਗੇ। ਮੀਟਿੰਗ ਹੈ 11 ਤਰੀਕ ਨੂੰ, ਮੀਟਿੰਗ ਹੈ ਉਹਨਾਂ ਨਾਲ, ਹੈਲਥ ਸੈਕਟਰੀ ਨਾਲ ਹਿਸਾਬ ਨਾਲ, ਅਤੇ ਉਸ ਹਿਸਾਬ ਨਾਲ ਡਿਸਾਈਡ ਹੋਏਗਾ ਉਹਨਾਂ ਨਾਲ। ਮੰਗਾਂ ਸਰ, ਮੇਨ 3 ਮੰਗਾਂ ਆਪਣੀਆਂ ਜਿਹੜੀਆਂ, ਪਹਿਲੀ ਤਾਂ ਇਹ ਹੈ ਵੀ ਜਿਹੜੇ ਡੈਫੀਸ਼ੀਐਂਸੀ ਹੈ ਡਾਕਟਰਸ ਦੀ, 75% ਉਹਨੂੰ ਕਵਰ ਕੀਤਾ ਜਾਵੇ। ਜਿੰਨੇ ਵੀ ਡਾਕਟਰ, ਜਿਵੇਂ ਐਮਰਜੈਂਸੀ MBBS ਡਾਕਟਰ ਦੀ ਘਾਟ ਹੈ, ਸਪੈਸ਼ਲਿਸਟ ਦੀ ਘਾਟ ਹੈ, 70% ਜਿਹੜਾ ਕੈਡਰ ਹੈ ਉਹ ਫਿਲ ਕੀਤਾ ਜਾਵੇ। ਸੈਕਿੰਡ ACP ਦੇ ਰਿਗਾਰਡਿੰਗ ਹੈ, ਥਰਡ ਸਕਿਉਰਿਟੀ ਦੇ ਰਿਗਾਰਡਿੰਗ ਹੈ। ਸਕਿਉਰਿਟੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ, ਜਿਵੇਂ ਕੈਲਕਟਾ 'ਚ ਹੋਇਆ, ਬਾਕੀ ਥਾਵਾਂ 'ਤੇ ਪੰਜਾਬ 'ਚ ਵੀ 12-13 ਥਾਵਾਂ 'ਤੇ ਹੋਇਆ ਜਿਹੜੇ ਇੰਸੀਡੈਂਟਸ ਹੋ ਰਹੇ ਹੋ। ਜ਼ਿਆਦਾਤਰ ਫੀਮੇਲਸ ਆਪਣੇ, ਤੁਹਾਨੂੰ ਪਤਾ ਹੀ ਹੈ, ਜ਼ਿਆਦਾਤਰ ਫੀਮੇਲਸ ਹੁੰਦੇ ਆ, ਸਟਾਫ ਹੁੰਦੇ ਆ, ਨਰਸਿਸ ਵੀ ਫੀਮੇਲਸ ਹੈ, ਡਾਕਟਰਸ ਵੀ ਜ਼ਿਆਦਾਤਰ 60% ਫੀਮੇਲ ਕੈਟੇਗਰੀ ਹੈ, ਤਾਂ ਉਹਨਾਂ ਦੀ ਸਕਿਉਰਿਟੀ ਦਾ ਬਹੁਤ ਵੱਡਾ ਇਸ਼ੂ ਹੈ। ਹੋਸਪਿਟਲ 'ਚ? ਹੋਸਪਿਟਲ 'ਚ ਪੁਲਿਸ ਚੌਂਕੀ ਨਹੀਂ ਹੈ ਸਰ। ਕੋਈ ਇੱਥੇ ਪਰਮਾਨੈਂਟ ਡਿਊਟੀ ਕਿਸੇ ਦੀ ਨਹੀਂ ਸਰ? ਕੋਈ ਕੋਈ ਡਾਕਟਰਾਂ ਦੀ ਸੇਫਟੀ ਕਿੰਨੀ ਦਾ ਸਰ? ਦੇਖੋ ਬੇਸਿਕਲੀ ਉਹ ਜਿਵੇਂ ਪਹਿਲਾਂ ਵੀ ਦੱਸਿਆ, ਐਮਰਜੈਂਸੀ ਡਿਊਟੀ ਦੇ ਜਿਵੇਂ ਕੋਈ ਮੈਡੀਕੋ ਲੀਗਲ ਕੇਸ ਹੁੰਦੇ ਹੈ ਨਾਲ, ਉਹਨਾਂ ਦੇ ਮਤਲਬ ਬੇਸਿਕਲੀ ਕਰਾਊਡ ਕਾਫੀ ਆ ਜਾਂਦਾ, ਸੋ ਉਸ ਕੇਸ 'ਚ ਕੀ ਹੁੰਦਾ, ਜਦੋਂ ਪਹਿਲਾਂ ਹੀ ਉਹ ਅਗਰੈਸ਼ਨ 'ਚ ਹੁੰਦੇ ਆ ਸਾਰੇ, ਸੋ ਉਹਨਾਂ ਦਾ ਅਗਰੈਸ਼ਨ ਇੱਥੇ ਨਿਕਲ ਜਾਂਦਾ, ਤੋ ਉਹਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਸਿਕਿਉਰਿਟੀ ਹੋਵੇ। ਜੇ ਆਪਾਂ ਸੇਫ ਰਹਾਂਗੇ ਤਾਂ ਹੀ ਅਸੀਂ ਹੈਲਥ ਸਰਵਿਸਿਜ਼ ਵਧੀਆ ਪ੍ਰੋਵਾਈਡ ਕਰ ਸਕਾਂਗੇ। ਪੇਸ਼ੈਂਟ ਨੂੰ ਕੀ ਮੈਸੇਜ ਉਹ ਖੱਜਲ ਖੁਆਰ ਹੋ ਰਹੇ ਨੇ ਕਹਿੰਦੇ ਕੀ? ਦੇਖੋ ਅਸੀਂ ਉਹਨਾਂ ਨਾਲ ਹਾਂ, ਅਸੀਂ ਉਹਨਾਂ ਦੀ ਜਿਵੇਂ ਵੀ ਦਿੱਕਤ ਹੈ ਕਿਸੇ ਵੀ ਢੰਗ ਨਾਲ ਅਸੀਂ ਜ਼ਰੂਰ ਦੂਰ ਕਰਾਂਗੇ। ਐਮਰਜੈਂਸੀ ਸੇਵਾਵਾਂ ਸਾਡੀਆਂ ਪੂਰੀਆਂ ਖੁੱਲੀਆਂ ਸਰ, ਐਮਰਜੈਂਸੀ ਖੁੱਲੀ ਹੈ, ਕੋਈ ਐਮਰਜੈਂਸੀ ਹੈ ਉਹਨੂੰ ਕੋਈ ਨਹੀਂ ਮੋੜਿਆ ਜਾਏਗਾ,
ਉਹਨਾਂ ਦਾ ਪੂਰਾ ਹੱਲ ਕੀਤਾ ਜਾਵੇਗਾ। ਵੈਸੇ ਅਸੀਂ 11 ਵਜੇ ਤੋਂ ਬਾਅਦ ਅਸੀਂ ਓਪੀਡੀ ਵੀ ਦੇਖ ਰਹੇ ਹਾਂ 11 ਤੋਂ 2, ਅੱਜ ਕੱਲ੍ਹ ਪਰਸੋਂ 11 ਤਰੀਕ ਤੋਂ ਬਾਅਦ ਮੀਟਿੰਗ ਤੋਂ ਬਾਅਦ ਫਿਰ ਅੱਗੇ ਡਿਸੀਜ਼ਨ ਹੋਏਗਾ।